ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੋਈ ਮੇਰੇ ਵੀਰ 5-7 ਜਣੇ ਨਾਲ ਜੁੜ ਜਾਓ, ਫਿਰ ਆਪਾਂ ਇੱਕ ਨਿੱਕਾ ਜਿਹਾ ਲਾਈਵ ਕਰਨਾ, ਬਹੁਤਾ ਲੰਬਾ ਨਹੀਂ ਜਾਣਾ। ਤੁਸੀਂ ਉੱਤੇ ਕੈਪਸ਼ਨ ਜਿਹੜਾ ਉਹ ਪੜ੍ਹ ਲਿਆ ਹੋਣਾ ਮੇਰੇ ਵੀਰਾਂ ਨੇ, ਅਤੇ ਮੇਰੇ ਵੀਰ ਸੁਣਿਓ ਜ਼ਰੂਰ। ਛੋਟੇ ਜਿਹਾ ਲਾਈਵ, ਬਹੁਤਾ ਲੰਬਾ ਨਹੀਂ ਕਰਦੇ ਆਪਾਂ। ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ, ਜਿਹੜੀ ਸਭ ਤੋਂ ਪਹਿਲਾਂ ਕਰਨੀ, ਜਿਹੜੀ ਜ਼ਰੂਰੀ ਬੇਨਤੀ ਹੈ, ਉਹ ਜ਼ਰੂਰੀ ਮੇਰੀ ਬੇਨਤੀ, ਮੈਂ 3 ਬੇਨਤੀਆਂ ਕਰਨੀਆਂ ਡਾਕਟਰ ਬਾਰੇ, ਪੁਲਿਸ ਪ੍ਰਸ਼ਾਸਨ ਲੁਧਿਆਣਾ, ਮਾਣਯੋਗ ਕਮਿਸ਼ਨਰ ਸਾਹਿਬ ਚਾਹਲ ਸਾਹਿਬ, ਅਤੇ ਮੇਰੇ ਸੱਜਣ, ਮੇਰੇ ਭਰਾ, ਮੇਰੇ ਵੀਰ, ਮੇਰੀਆਂ ਭੈਣਾਂ, ਜਿਨ੍ਹਾਂ ਨੇ ਆਪਣਾ ਸਾਥ ਦਿੱਤਾ, ਚਾਹੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ, ਚਾਹੇ ਫੋਨ ਕੀਤਾ, ਚਾਹੇ ਮੇਰੇ ਨਾਲ ਗਏ। ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ, ਜਿੰਨੇ ਵੀ ਸੋਸ਼ਲ ਮੀਡੀਆ ਮੇਰੇ ਨਾਲ ਜੁੜੇ ਹੋਏ, ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ, ਡਾਕਟਰ ਦੀ ਭੈਣ ਅਤੇ ਡਾਕਟਰ ਦੀ ਮਾਂ ਬਾਰੇ ਗਲਤ ਨਾ ਬੋਲੇ। ਦੋਸਤੋ, ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤਾਂ ਆਪਣੇ 'ਚ ਅਤੇ ਡਾਕਟਰ 'ਚ ਕੋਈ ਫਰਕ ਰਹਿ ਨਹੀਂ ਜਾਣਾ। ਇਹ ਮੇਰੀ ਨਿੱਜੀ ਸੋਚ ਆ ਅਤੇ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਹੈ ਮੇਰੇ ਵੀਰਾਂ ਨੂੰ, ਕਿ ਕੁਛ ਲੋਕ ਡਾਕਟਰ ਬਾਰੇ ਥੋੜ੍ਹਾ, ਹਾਂ ਉਹਦੇ ਬਾਰੇ ਜਿਹਨੂੰ ਕਹਿਣਾ ਕਹੋ, ਉਹ ਵੀ ਕਿ ਦਾਇਰੇ 'ਚ। ਮੈਂ ਮੰਨਦਾ ਕਿ ਉਹ ਆਪਣੀਆਂ ਧੀਆਂ ਭੈਣ ਗਲਤ ਬੰਦਾ ਬੋਲਦਾ ਸੀਗਾ। ਜੇ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਤਾਂ ਫਿਰ ਆਪਣੇ 'ਚ ਅਤੇ ਡਾਕਟਰ 'ਚ ਕੋਈ ਫਰਕ ਨਹੀਂ ਰਹਿ ਜਾਣਾ। ਸੋ ਮੇਰੀ ਸਭ ਤੋਂ ਪਹਿਲਾਂ ਇਹੋ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ, ਮੇਰੇ ਭਰਾਵਾਂ ਨੂੰ, ਜਿੰਨੇ ਸੋਸ਼ਲ ਮੀਡੀਆ ਮੇਰੇ ਨਾਲ ਜੁੜੇ ਹੋਏ ਆ, ਦੇਖ ਰਹੇ ਆ ਜਾਂ ਜਿੱਥੇ ਵੀ ਕਮੈਂਟ ਕਰਦੇ ਆ, ਕਿ ਡਾਕਟਰ ਦੀ ਮਾਂ, ਡਾਕਟਰ ਦੀ ਧੀ ਅਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰਾ ਵੀਰ ਗਲਤ ਕਮੈਂਟ ਭੱਦੀ ਸ਼ਬਦਾਵਲੀ ਦਾ ਵਰਤੇ, ਠੀਕ ਹੈ ਪਿਆਰੋ। ਹਾਂ, ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਲਿਖ ਸਕਦੇ ਹੋ ਉਹਨੂੰ ਕਹਿ ਸਕਦੇ ਹੋ। ਸੋ ਦੂਸਰੀ ਮੇਰੀ ਬੇਨਤੀ, ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ, ਸਪੈਸ਼ਲੀ ਮਾਣਯੋਗ ਕਮਿਸ਼ਨਰ ਸਾਹਿਬ ਚਾਹਲ ਸਾਹਿਬ, ਉਹਨਾਂ ਦਾ ਬਹੁਤ, ਉਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਉੱਧਰ ਗੱਲਬਾਤ ਕੀਤੀ, ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲਓ ਹੋ ਗਿਆ, ਕਿਉਂਕਿ ਉਹਨਾਂ ਜਾਂਦੇ ਕਹਿ ਸਕੇ ਤੁਹਾਡੀ ਵੀਡੀਓ ਸੁਣ ਲਈ ਹੈ, ਜਦੋਂ ਜਾ ਕੇ ਬੈਠੇ ਹਾਂ ਸਾਫ ਪਾਤਰ ਜਾਂਦੇ ਕੋਈ ਗੱਲ ਨੂੰ ਕਹੀ ਗਏ ਮੈਂ ਵੀ ਉਹ ਮੇਰੀ ਵੀਡੀਓ ਲੈ ਕੇ ਬੈਠੇ ਸੀ, ਮੈਂ ਤੁਹਾਡੀ ਵੀਡੀਓ ਸੁਣ ਲਈ ਹੈ, ਮੈਂ ਉਹਦਾ ਕਮੈਂਟ, ਮੈਂ ਕਹਿੰਦੇ ਮੈਂ ਕਮੈਂਟ ਦੇਖੋ ਜੀ, ਕਹਿੰਦੇ ਮੈਂ ਉਹ ਵੀ ਪੜ੍ਹ ਲਿਆ, ਕਹਿੰਦੇ ਮੈਂ ਉਹ ਵੀ ਪੜ੍ਹ ਲਿਆ, ਇਹਨੂੰ ਬੰਦੇ ਨੂੰ ਬਖਸ਼ਿਆ ਨਹੀਂ ਜਾਊਗਾ। ਉਹਨਾਂ ਉਦੋਂ ਕਿਹਾ ਸੀ ਸਾਡੇ ਸਾਹਮਣੇ ਕਿ ਇਹ ਤਾਂ ਅੱਜ ਹੀ ਪਰਚਾ ਦੇ ਕੇ ਨੂੰ ਹੀ ਅੱਜ ਹੀ ਹਵਾਲਾ ਸੁੱਟਣਾ ਵਾ। ਸੋ ਧੰਨਵਾਦ ਫਿਰ ਮੇਰਾ ਇੱਕ ਵਾਰੀ ਮੇਰੇ ਵੀਰ, ਮੇਰੇ ਸਰਦਾਰ ਰਣਜੀਤ ਸਿੰਘ ਇੰਸਪੈਕਟਰ ਸਾਹਿਬ, ਜਿਹੜੇ ਉੱਥੇ ਜਿਨ੍ਹਾਂ ਨੇ ਸਾਡੇ ਬਿਆਨ ਲਿਖੇ, ਅਤੇ ਧੰਨਵਾਦ SHO ਸਾਹਿਬ ਦਵਿੰਦਰ ਸਿੰਘ ਸ਼ਿਮਲਾਪੁਰੀ, ਉਹਨਾਂ ਦਾ ਬਹੁਤ ਧੰਨਵਾਦ ਆ, ਅਤੇ ਜਿਹੜੇ ਉੱਥੇ ਮੇਰੇ ਮੁਲਾਜ਼ਮ ਵੀਰ ਸਾਰਿਆਂ ਦਾ। ਸੋ ਹੁਣ ਉਸ ਤੋਂ ਬਾਅਦ 'ਚ ਮੈਂ ਆਵਾਂ ਜਿਹੜੇ ਮੇਰੇ ਵੀਰ, ਮੇਰੇ ਭਰਾ, ਮੇਰੀਆਂ ਭੈਣਾਂ, ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ, ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੇ ਹੱਕ 'ਚ ਖੜ੍ਹੇ ਸੀ ਸਾਰੇ ਬੰਦੇ, ਜਦੋਂ ਲੱਗਿਆ ਕਿ ਗੁਰਿੰਦਰ ਰਘਰੇਟੇ ਨੇ ਜਿਹੜਾ ਬੋਲਿਆ ਜਾਂ ਜੋ ਲਿਖਿਆ ਉਹ ਗਲਤ ਲਿਖਿਆ, ਵੈਸੇ ਤੂੰ ਕਾਫੀ ਟਾਈਮ ਤੋਂ ਬੋਲਦਾ ਆ ਰਿਹਾ, ਪਰ ਉਹ ਕਿਸੇ ਨੂੰ ਨਾਮ ਲੈ ਕੇ ਪਰਸਨਲੀ ਨਹੀਂ ਬੋਲਦਾ, ਪਰ ਉਹ ਜਿਹੜਾ ਹੁਣ ਲਿਖਿਆ ਸੀਗਾ, ਪਰ ਮੇਰੇ ਸਾਰੇ ਮੇਰੇ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਵਾਂ, ਜਿਹੜੇ ਲੁਧਿਆਣੇ ਗਏ ਮੇਰੇ ਵੀਰ ਸਾਰੇ ਉਹ ਵੀ, ਅਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਪੋਸਟ ਵੀ ਪਾਈ ਹੈ, ਜਿਨ੍ਹਾਂ ਨੇ ਕਮੈਂਟ ਵੀ ਕੀਤਾ ਮੇਰੇ ਹੱਕ ਦੇ ਵਿੱਚ, ਮੇਰੀ ਪੋਸਟ 'ਤੇ ਜਾ ਕੇ ਤੋਂ ਜਾ ਕੀਤਾ, ਉਹਨਾਂ ਸਾਰਿਆਂ ਧੰਨਵਾਦ। ਗੁਰਿੰਦਰ ਬਾਠ ਮੇਰੇ ਵੀਰ ਨੇ ਜਿੱਦਣ ਗੱਲ ਹੋਈ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਵੀ ਆਇਆ, ਉਸੇ ਟਾਈਮ ਉਹ ਲਾਈਵ ਵੀ ਹੋਇਆ, ਲਾਈਵ ਹੋਣ ਤੋਂ ਬਾਅਦ ਉਹਨੂੰ ਡਾਕਟਰ ਦਾ ਫੋਨ ਵੀ ਆਇਆ, ਡਾਕਟਰ ਨੂੰ ਕੁਛ ਮਾੜਾ ਮੋਟਾ ਧਮਕਾਇਆ ਵੀ ਕਿ ਮੈਂ ਇਸ ਤਰ੍ਹਾਂ ਤੁਹਾਡੇ ਡੈਫਰ ਪਹੁੰਚ, ਚਲੋ ਉਹਨਾਂ ਨੇ ਜੋ ਗੱਲਬਾਤ ਹੋਈ ਉੱਥੇ ਉਹ ਵੀ ਬਿਆਨ ਆਪਣੇ ਖਵਾਏ ਆ, ਉਹ ਵੀ ਹੋਈ ਗੱਲਬਾਤ। ਪ੍ਰਿੰਸ ਹੋਣੀ ਮੇਰੇ ਵੀਰ ਆ, ਸੁੱਖ ਜਗਰਾਵਾਂ, ਜਿੰਨੇ ਮੇਰੇ ਸੱਜਣ ਆ, ਗੋਲਡੀ ਅਨੇਜਾ ਮੇਰੇ ਵੀਰ ਲੁਧਿਆਣੇ ਵਾਲੇ, ਹੋਰ ਵੀ ਕਾਫੀ ਨਾਮ, ਮਾਫੀ ਚਾਹੁੰਦਾ ਜੀ ਸਾਰੇ ਨਾਮ ਨਾ ਲਏ ਜਾਣ, ਅਤੇ ਮੇਰੇ ਵੀਰ ਕੁਲਵੰਤ ਸਿੰਘ ਆਏ ਸੀਗੇ, ਸੁੱਖ ਲਾਟੀ ਆਇਆ ਸੀਗਾ,
ਅਤੇ ਹੋਰ ਵੀ ਮੇਰੇ ਬੜੇ ਸੱਜਣ ਆਏ ਸੀਗੇ, ਬੋਪਾਲ ਸੁਰਜੀਤ ਆਇਆ ਸੀਗਾ, ਜਿੰਨੇ ਮੇਰੇ ਵੀਰ ਆਏ ਸਾਰੇ ਨਾਮ ਜੇ ਨਾਂ ਵੀ ਲੈ ਜਾਂ ਤਾਂ ਮਾਫ਼ੀ ਚਾਹੂੰਗਾ ਸਾਰਿਆਂ ਦਾ ਹੀ, ਜਿੰਨੇ ਮੇਰੇ ਵੀਰ ਮੇਰੇ ਨਾਲ ਖੜ੍ਹੇ, ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ, ਉਹਨਾਂ ਲੱਗਾ ਕਿ ਬੰਦਾ ਗਲਤ ਬੋਲਿਆ ਮੇਰੇ ਨਾਲ ਖੜ੍ਹ ਗਿਆ, ਸਾਰਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਮੈਂ ਰਿਣੀ ਰਹੂੰ ਸਾਰਿਆਂ ਦਾ। ਅਤੇ ਇੱਕ ਵੀ ਫਿਰ ਮੈਂ ਲਾਸਟ 'ਚ ਜਾਂਦੇ ਤਾਂ ਕਹਿ ਦੇਵਾਂ ਕਿ ਦੋਸਤੋ ਡਾਕਟਰ ਚਲੋ ਪਾਗਲ ਬੰਦਾ ਸੀਗਾ, ਮੈਂ ਹੁਣ ਵੀ ਸੱਚ ਆ ਕਿ ਮੈਨੂੰ ਲੱਗਦਾ ਚਲੋ ਉਹਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਤਰ੍ਹਾਂ ਨਾ ਬੋਲਦਾ, ਸ਼ਾਇਦ ਨੂੰ ਆ ਜਿਹੜੀ ਹਾਲਾਤ ਬਣ ਗਏ ਤੂੰ ਨਾ ਬਣਦੇ, ਕਿਉਂਕਿ ਮੈਂ ਥੋੜ੍ਹਾ ਬੰਦਾ ਇਮੋਸ਼ਨਲ ਆ ਯਾਰ, ਮੈਨੂੰ ਹੁੰਦਾ ਵਾ ਵੀ ਕਿਤੇ ਗਲਤ ਨਾ ਹੋ ਗਿਆ ਹੋਵੇ, ਮੇਰਾ ਮਨ ਆਪਣਿਆਂ ਨੂੰ ਲੱਗਦਾ ਕਿਤੇ ਗਲਤ ਨਾ ਹੋ ਗਿਆ ਹੋਵੇ ਯਾਰ ਕਿਤੇ, ਫਿਰ ਵੀ ਚਲੋ ਉਹ ਗਲਤ ਬੋਲਿਆ ਸੀਗਾ ਅਤੇ ਉਹਦੀ ਸਜ਼ਾ ਉਹਨੂੰ ਬਣਦੀ ਸੀ, ਸਜ਼ਾ ਨੂੰ ਬਣਦੀ ਸੀਗੀ ਅਤੇ ਉਹਨੂੰ ਸਜ਼ਾ ਲਈ ਪਰਮਾਤਮਾ ਨੇ ਨਹੀਂ, ਸੋ ਪਰਮਾਤਮਾ ਵਿੱਧ ਬਣਾਉਂਦੇ ਹੁੰਦੇ ਹਨ, ਪਰਮਾਤਮਾ ਜੇ ਵਿੱਧ ਬਣਾ ਤੀ ਉਹ ਗਲਤ ਬੋਲਿਆ ਉਹ ਗਏ ਅਤੇ ਚਲੋ ਫਿਰ ਕਮਿਸ਼ਨਰ ਸਾਹਿਬ ਨੇ ਸਾਨੂੰ ਬਹੁਤ ਵਧੀਆ ਜਿਹੜਾ ਸਲੂਟ ਆ ਉਹਨਾਂ ਨੂੰ, ਫਿਰ ਸਿਰ ਝੁਕਦਾ ਮੇਰਾ ਕਿਉਂਕਿ ਪੁਲਿਸ ਅਫਸਰ ਬੜੇ ਦੇਖੇ ਪਰ ਇਹਨਾਂ ਵਰਗਾ ਮੈਂ ਅੱਜ ਤੱਕ ਨਹੀਂ ਦੇਖੇ ਵੀ ਇੰਨੀ ਹਲੀਮੀ ਨਾਲ ਇੰਨੇ ਪਿਆਰ ਨਾਲ ਇਕੱਲੇ ਇਕੱਲੇ ਗੱਲ ਸੁਣੀ ਸਾਡੇ ਕੋਲ 10 ਮਿੰਟ 15 ਮਿੰਟ ਸਾਨੂੰ ਕੋਲ ਆਪਣੇ ਭਾਇਆ ਅਤੇ ਸਾਰੀ ਗੱਲਾਂ ਬਾਤ ਸੁਣੀਆਂ। ਔਰ ਕੁਛ ਦੀ ਗੱਲ ਇਹ ਹੈ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸੁਖਵਿੰਦਰ ਸਿੰਘ ਮੈਂ ਤੁਹਾਡੇ ਵੀਡੀਓ ਦੇਖਦਾ ਹੁੰਦਾ, ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਕ ਐਡੇ ਵੱਡੇ ਔਫਿਸਰ, ਇੱਕ ਐਡੇ ਵੱਡੇ ਔਫਿਸਰ ਮੈਨੂੰ ਐਪਰੀਸ਼ੀਏਟ ਕਰ ਰਹੇ ਆ ਕਿ ਸੁਖਵਿੰਦਰ ਸਿੰਘ ਤੇਰੀਆਂ ਵੀਡੀਓ ਦੇਖਦਾ ਹੁੰਦਾ ਵਾ, ਵੀਡੀਓ ਤੁਹਾਡੀਆਂ ਬਹੁਤ ਸੋਹਣੀਆਂ ਹੁੰਦੀਆਂ ਵਾ, ਆਪਣਾ ਕੰਮ ਕਰੀ ਜਾਓ। ਮੈਨੂੰ ਇਹ ਬਹੁਤ ਵਧੀਆ ਲੱਗਾ ਕਿ ਚਲੋ ਐਡੇ ਸਾਡੇ ਇੱਕ ਸੀਨੀਅਰ ਪੁਲਿਸ ਅਫਸਰ ਮੈਨੂੰ ਇੰਨੀ ਗੱਲ ਕਰ ਰਿਹਾ, ਉਹ ਵੀ ਬਹੁਤ ਵਧੀਆ ਲੱਗਾ ਮੈਨੂੰ। ਸੋ ਮੁੱਕਦੀ ਗੱਲ ਇਹ ਆ, ਮੈਂ ਦੁਬਾਰਾ ਜ਼ਿਆਦਾ ਫਿਰ ਕਹਿੰਦਾ ਡਾਕਟਰ ਦੀ ਧੀ ਭੈਣ ਦੋਸਤ ਕੋਈ ਮਾੜਾ ਨਾ ਬੋਲੋ, ਧੀ ਦਾ ਭੈਣ ਦਾ ਮਾਂ ਦਾ ਕਸੂਰ ਨੀਗਾ, ਡਾਕਟਰ ਕਮਲਾ ਸੀਗਾ ਉਹ ਆਪਣੇ ਜਿਹੜੀ ਜ਼ਬਾਨ ਆਪਣੀ ਜਿਹੜੀ ਬੋਲੀ ਸੀ ਉਹ ਆਪਣੀ ਬੋਲੀ ਜੋ ਬੋਲਿਆ ਆਪਣੀ ਜ਼ਬਾਨ ਤੋਂ ਜੋ ਬੋਲਿਆ ਉਹਦਾ ਖਾਮਾ ਜਿਹਾ ਬੰਦਾ ਭੁਗਤ ਰਿਹਾ, ਉਹਨੂੰ ਉਹਦੀ ਸਜ਼ਾ ਮਿਲੀ ਹੈ। ਸੋ ਦੇਖੋ ਜ਼ਬਾਨ ਤੋਂ ਹੋ ਜਿਹੜੀ ਅੱਜ ਦੀ ਕੱਲ੍ਹ ਕੱਲ੍ਹ ਨਹੀਂ ਪਰਸੋਂ ਪਰਸੋਂ ਨਹੀਂ ਚੌਥ ਹੋ ਜੇ। ਔਰ ਦੂਸਰੀ ਗੱਲ ਮੈਂ ਇੱਕ ਹੋਰ ਕਰ ਦੇਵਾਂ ਕਿ ਉਸ ਪਾਗਲ ਇਨਸਾਨ ਨੂੰ ਇਹ ਨਹੀਂ ਪਤਾ ਉਹ ਕਦੀ ਸਿੱਖ ਸ਼ਹੀਦਾਂ ਬਾਰੇ, ਗੁਰੂ ਸਾਹਿਬਾਨ ਬਾਰੇ, ਚਲੋ ਜੱਟਾਂ ਬਾਰੇ ਖੈਰ ਬੋਲਦਾ ਉਹ ਧੀਆਂ ਬਾਰੇ ਜੱਟਾਂ ਦੀਆਂ ਬਾਰੇ ਬੜਾ ਕੁਛ ਇਹੋ ਜਿਹੇ ਲਫ਼ਜ਼ ਬੋਲਦਾ ਵੀ ਮੈਂ ਇੱਥੋਂ ਲਾਈਨ 'ਚ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼। ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਛ ਬੋਲਿਆ ਯਾਰ, ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ, ਜੇ ਵਿਰੋਧ ਕਰਨਾ ਕੋਈ ਤਰੀਕਾ ਕੋਈ ਸਲੀਕਾ ਹੁੰਦਾ, ਪਰ ਕਿਸੇ ਨੂੰ ਇੰਨੀ ਮਤਲਬ ਭੱਦੀ ਸ਼ਬਦਾਵਲੀ ਵਰਤਣੀ ਕਿਸੇ ਸਿੰਘ ਬਾਰੇ, ਕਿਸੇ ਸ਼ਹੀਦ ਬਾਰੇ, ਗੁਰੂਆਂ ਬਾਰੇ, ਸੰਤਾਂ ਬਾਰੇ, ਕਿਸੇ ਇੱਕ ਕਮਿਊਨਿਟੀ ਜਿਵੇਂ ਆਪਾਂ ਜੱਟੀ ਕਰਨ ਜੱਟਾਂ ਬਾਰੇ ਬਹੁਤ ਗਲਤ ਬੋਲਦਾ। ਸੋ ਇਹੋ ਮੇਰੀ ਬੇਨਤੀ ਫਿਰ ਦੁਬਾਰਾ ਕਰਾਂ, ਜੇ ਮੇਰੇ ਵੀਰ ਨੂੰ ਕਿਸੇ ਗੁੱਸਾ ਲੱਗਾ ਮੈਂ ਮਾਫ਼ੀ ਚਾਹੂੰਗਾ, ਮੇਰੇ ਕਿਸੇ ਬੋਲਦਾ ਕਿ ਸੱਜਣ ਨੂੰ ਕਿਉਂਕਿ ਕੋਈ ਸਮਰਥਕ ਵਿੱਚ ਹੁੰਦੇ ਆ ਉਹ ਸੱਜਣ ਕਈ ਵਿੱਚ ਟਿੱਪਣੀ ਕਰ ਜਾਂਦੇ ਆ, ਲਿਖ ਜਾਂਦੇ ਆ ਅਤੇ ਉਹਨਾਂ ਨੂੰ ਬੁਰਾ ਲੱਗਦਾ ਹੋਊਗਾ, ਪਰ ਮੈਂ ਉਹਨਾਂ ਇੱਕੋ ਬੇਨਤੀ ਕਰਾਂਗਾ ਦੋਸਤੋ ਜੇ ਠੀਕ ਆ ਕੋਈ ਤੁਹਾਡੀ ਧੀ ਨੂੰ ਕਹੇ, ਮੈਂ ਨਹੀਂ ਕਹਿੰਦਾ ਕਿਸੇ ਦੀ ਧੀ ਭੈਣ ਨੂੰ ਵੀ ਮਾੜਾ ਨਹੀਂ ਕਹਿਣਾ, ਕਿਸੇ ਦੀ ਨੂੰ ਵੀ, ਮੇਰੀ ਨੂੰ ਨਹੀਂ, ਮੇਰੇ ਵਾਸਤੇ ਸਾਰੀਆਂ ਮੇਰੀ ਆਪਣੀ ਧੀਆਂ ਭੈਣਾਂ, ਮੇਰੇ ਵਾਸਤੇ ਕੋਈ ਧਰਮ ਨਹੀਂ ਗਾ, ਮੇਰੇ ਵਾਸਤੇ ਕੋਈ ਜਾਤ ਨਹੀਂ ਗੀ, ਮੇਰੇ ਵਾਸਤੇ ਸਾਰਾ ਇੱਕੋ ਧਰਮ ਆ, ਉਹ ਮੈਂ ਮੰਨਦਾ ਇਨਸਾਨੀਅਤ, ਜੇ ਇਨਸਾਨੀਅਤ ਹੈਗੀ ਤਾਂ ਠੀਕ ਆ, ਨਹੀਂ ਤਾਂ ਕੋਈ ਇਨਸਾਨ ਕਿਸੇ ਇਨਸਾਨ ਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ। ਠੀਕ ਆ ਦੋਸਤੋ, ਜੇ ਮੇਰੇ ਵੀਰ ਨਵੇਂ ਸੱਜਣ ਆਏ ਫਿਰ ਦੁਬਾਰਾ ਬੇਨਤੀ ਤਿੰਨੇ ਕਰ ਦੇਵਾਂ ਵੀ ਡਾਕਟਰ ਦੀ ਕਿ ਧੀ ਨੂੰ ਭੈਣ ਨੂੰ ਅਤੇ ਮਾਂ ਨੂੰ ਕਿਸੇ ਮੇਰੇ ਵੀਰ ਨੇ ਮਾੜਾ ਨਹੀਂ ਸ਼ਬਦ ਬੋਲਣਾ, ਗਲਤ ਨਹੀਂ ਬੋਲਣਾ, ਗਾਲ ਨਹੀਂ ਕੱਢਣੀ, ਕੁਛ ਵੀ ਭੱਦੀ ਟਿੱਪਣੀ ਨਹੀਂ ਕਰਨੀ। ਦੂਸਰੀ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਮੈਨੂੰ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਅਤੇ ਮੇਰੇ ਉਹਨਾਂ ਵੀਰਾਂ ਦਾ, ਉਹਨਾਂ ਸੱਜਣਾ ਜਿਹਨੇ ਮੇਰੇ ਹੱਕ 'ਚ ਪੋਸਟ ਵੀ ਪਾਈ ਆ, ਮੇਰੇ ਨਾਲ ਲੁਧਿਆਣੇ ਗਏ, ਜਾਂ ਮੇਰੇ ਹੱਕ 'ਚ ਇੱਕ ਕਮੈਂਟ ਕੀਤਾ ਜਾਂ ਲਾਈਕ ਵੀ ਕੀਤਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਵੀ ਸਿੱਧੂ ਮੇਰੇ ਵੀਰ ਦਾ ਵੀ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ ਦਾ, ਉਹਨਾਂ ਅੱਗੇ ਵੀੜਾ ਚੱਕਿਆ ਸੀਗਾ ਅਤੇ ਹੁਣ ਫਿਰ ਉਹਨਾਂ ਨੇ ਕਾਫੀ ਜਿਹੜਾ ਇਸ ਕੰਮ ਦੇ ਵਿੱਚ ਸਾਡਾ ਸਾਥ ਦਿੱਤਾ। ਠੀਕ ਹੈ ਪਿਆਰਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜ਼ਿੰਦਾਬਾਦ ਪਿਆਰਿਓ।